ਅੱਜ ਫੇਰ ਜਿਵੇਂ ਨਾ ਮਾਈ ਭਾਗੋ ਮਾਤਾ ਜਿੰਦਾ ਤੇ ਮਾਤਾ ਗੁਜਰੀ ਅੱਜ ਫੇਰ ਮੈਂ ਕਹਿੰਨੀ ਜਿੰਦਾ ਹੋ ਗਈਆਂ ਆ ਕਿਸਾਨ ਅੰਦোলন ਚ ਹੀ ਆਪਾਂ ਦੇਖ ਲਈਏ ਕਿਸਾਨ ਅੰਦোলন ਵਿੱਚ ਵੀ ਦੇਖੋ ਜਿੱਥੇ ਮਾਈ ਭਾਗੋ ਤੇ ਮਹਾਰਾਣੀ ਜਿੰਦਾ ਦੀ ਤਰ੍ਹਾਂ ਲੋਕ ਉਹਦਾਂ ਦੇ ਘਰ ਵੀ ਸੰਭਾਲਿਆ ਤੇ ਉੱਥੇ ਜਾ ਕੇ ਮੈਦਾਨ ਵੀ ਸੰਭਾਲਿਆ ਅੱਜ ਵੀ ਦੇਖੋ ਸਾਡੀਆਂ ਔਰਤਾਂ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਦੇਵ ਭਾਮ ਤੇ ਤੁਸੀਂ ਦੇਖ ਰਹੇ ਆਜੀਤ ਵੈਬ ਟੀਵੀ ਅਸੀਂ ਮੌਜੂਦ ਆ ਇਸ ਸਮੇਂ ਮੋਗਾ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸਾਫ ਦਾ ਸਿਹਤ ਮੰਤਰੀ ਡਾਕਟਰ ਮਲਤੀ ਸਾਹਪਰ ਜੀ ਆਓ ਗੱਲ ਕਰਦੇ ਆ ਉਹਨਾਂ ਜੀਵਨੀ ਬਾਰੇ ਰਾਜਨੀਤੀ ਡਾਕਟਰੀ ਕਿਵੇਂ ਜੀਵਨ ਦਾ ਸਫਰ ਸ਼ੁਰੂ ਹੋਇਆ ਡਾਕਟਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੀਬੀ ਵੈਬ ਟੀਵੀ ਤੋਂ ਸਵਾਗਤ ਹੈ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਤੁਸੀਂ ਕਿੱਥੋਂ ਪ੍ਰੇਰਿਤ ਹੋਏ ਬੜਾ ਡਾਕਟਰੀ ਲੈਣ ਬਾਰੇ ਤੁਹਾਡੇ ਵਿੱਚ ਕੌਣ ਡਾਕਟਰ ਸੀ ਤੇ ਘਰ ਦੇ ਵਿੱਚ ਕੌਣ-ਕੌਣ ਸੀ ਮੇਰੇ ਘਰ ਚ ਮੈਂ ਸਭ ਤੋਂ ਪਹਿਲਾਂ ਮੈਂ ਹੀ ਡਾਕਟਰ ਬਣੀ ਆਈ ਵਾਸ ਐਲਡੇਸਟ ਇਨ ਮਾਈ ਫੈਮਿਲੀ ਮੇਰੇ ਪੇਰੈਂਟਸ ਜਿਹੜੇ ਸੀਗੇ ਬਹੁਤ ਜ਼ਿਆਦਾ ਅੰਬੀਸ਼ਸ ਸੀ ਕਿ ਸਾਡੀ ਜਿਹੜੀ ਲੜਕੀ ਹੈ ਉਹ ਡਾਕਟਰ ਬਣੇ ਮੈਡੀਕਲ ਫੀਲਡ ਦੇ ਵਿੱਚ ਜਾਣਾ ਉਸ ਵਕਤ ਸਮਝਿਆ ਨਿਰੰਦਰ ਸੀ ਕਿ ਬਹੁਤ ਵੱਡੀ ਗੱਲ ਹੈ ਔਰ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਐਂਡ ਆਈ ਗਾਟ ਐਡਮਿਸ਼ਨ ਇਨ ਦੀ ਆਨੰਦ ਮੈਡੀਕਲ ਕਾਲਜ ਡੋਟਰ ਸਾਹਿਬ ਕਿੱਥੋਂ ਪ੍ਰੇਰਿਤ ਹੋਏ ਹੋਗੇ ਵੀ ਡਾਕਟਰ ਬਨਣਾ ਕੋਈ ਡਾਕਟਰ ਹੋਊ ਘਰ ਦੇ ਵਿੱਚ ਜਾਂ ਵੇਖਿਆ ਹੋਊ ਕਿਸੇ ਡਾਕਟਰ ਕੰਮ ਕਰਦੇ ਕਿਵੇਂ ਤੁਸੀਂ ਪ੍ਰੇਰਿਤ ਨੀ ਮੈਂ ਉਹ ਇਟ ਇੰਡਸਟਰੀ ਐਨੈਚੀ ਸਾਡੇ ਘਰ ਚੋਂ ਕੋਈ ਇੰਨਾ ਜ਼ਿਆਦਾ ਨਹੀਂ ਸੀ ਡਾਕਟਰੀ ਲਾਈਨ ਚੋਂ ਗਿਆ ਹੋਇਆ ਆਈ ਵਾਸ ਦਾ ਫਰਸਟ ਵਨ ਕਿਉਂਕਿ ਮੇਰੇ ਪੇਰੈਂਟਸ ਦੀ ਵਿਸ਼ ਸੀ ਕਿ ਮਾਲਤੀ ਜਿਹੜੀ ਹੈ ਸਾਡੀ ਬੇਟੀ ਜਿਹੜੀ ਹੈ ਬਹੁਤ ਵੱਡੀ ਡਾਕਟਰ ਬਣੇ ਔਰ ਉਹਨਾਂ ਦੀ ਇਸ ਅੰਬੀਸ਼ਸ ਨੂੰ ਮੇਰੇ ਬਚਪਨ ਚ ਉਹਨਾਂ ਨੇ ਮੇਰੇ ਮਨ ਦੇ ਵਿੱਚੇ ਗੱਲ ਪਾ ਦਿੱਤੀ ਸੀ ਔਰ ਫਿਰ ਮੈਂ ਉਹਨਾਂ ਦਾ ਜਿਹੜਾ ਏਮ ਸੀ ਉਸ ਨੂੰ ਪੂਰਾ ਕਰਕੇ ਅੱਗੇ ਬਣੀ ਪਰਿਵਾਰ ਦੇ ਵਿੱਚ ਕਿੰਨੇ ਭੈਣ ਭਰਾ ਸੀ ਤੁਸੀਂ ਵੀ ਵਰ 5 ਬ੍ਰਦਰ 5 ਬ੍ਰਦਰਸ ਐਂਡ ਸਿਸਟਰ ਐਂਡ ਆਈ ਵਾਸ ਐਲਡੇਸਟ ਮੈਂ ਤਿੰਨ ਭਰਾ ਸੀ ਮੇਰੇ ਦੋ ਭੈਣਾਂ ਸੀ ਅਸੀਂ ਡਾਕਟਰ ਸਿਰ ਤੁਸੀਂ ਹੋ ਬਣੀ ਮੈਂ ਡਾਕਟਰੀ ਕਲੀਨਿਕ ਮੈਂ ਹਮਰੀ ਜੀ ਬਿਲਕੁਲ ਮੈਂ ਨਹੀਂ ਬਣੀ ਤੁਸੀਂ ਸਪਰਦੇ ਵਿੱਚ ਤੁਸੀਂ ਸੰਘਰਸ਼ ਕਾਫੀ ਕੀਤਾ ਤੇ ਡਾਕਟਰੀ ਲੈਨ ਦੇ ਵਿੱਚ ਉਹ ਡਾਕਟਰ ਤੁਹਾਨੂੰ ਕਿਦੋਂ ਮਿਲੇ ਡਾਕਟਰ ਸਾਹਿਬ ਮੈਂ ਜਦੋਂ ਫਾਈਨਲ ਇਅਰ ਚ ਸੀ ਜੀਐਮ ਬੀਬੀਐਸ ਫਾਈਨਲ ਇਅਰ ਚ ਸੀ ਤਾਂ ਮੋਗੇ ਮੇਰੇ ਨਾਨਕੇ ਹੁੰਦੇ ਸੀ ਔਰ ਡਾਕਟਰ ਸਾਹਿਬ ਦੇ ਨਾਨਕੇ ਪਟਿਆਲੇ ਹੁੰਦੇ ਸੀ ਸਾਡੇ ਦੋਨਾਂ ਦੇ ਘਰ ਆਸ-ਪਾਸ ਹੀ ਸੀਗੇ ਤੋ ਮੇਰੇ ਮਾਸੀ ਜੀ ਨੇ ਵੱਡੇ ਪਾਪਾ ਜੀ ਨਾਲ ਗੱਲ ਕੀਤੀ ਡਾਕਟਰ ਸ਼ਾਮਲਾਲ ਥਾਪੜ ਜੀ ਜਿਹੜੇ ਕਿ ਉਹ ਵੀ ਮਨਿਸਟਰ ਸੀਗੇ ਉਹਨਾਂ ਨਾਲ ਗੱਲ ਕੀਤੀ ਕਿ ਸਾਡੀ ਭਾਂਜੀ ਹੈ ਉਹ ਕਹਿੰਦੇ ਵੀ ਅਸੀਂ ਤਾਂ ਇੱਥੇ ਇੱਕ ਬਹੁਤ ਵੱਡਾ ਹਸਪੀਟਲ ਬਣਾਉਣਾ ਚਾਹੁੰਦੇ ਹਾਂ ਸਾਨੂੰ ਡਾਕਟਰ ਕੁੜੀ ਚਾਹੀਦੀ ਹੈ ਬਸ ਅਰੇਂਜ ਮੈਰिज ਫਿਕਸ ਹੋਈ ਜੀ ਔਰ ਫਿਰ ਸਾਡੀ ਸ਼ਾਦੀ ਹੋਗੇ ਜੀ ਡਾਕਟਰ ਲੈਣ ਤੋਂ ਬਾਅਦ ਡਾਇਰੈਕਟ ਐਂਟਰੀ ਮਾਰੀ ਤੁਸੀਂ ਰਾਜਨੀਤੀ ਵਿੱਚ ਰਾਜਨੀਤੀ ਦਾ ਸਬਕ ਕਿੱਥੋਂ ਸਿੱਖਿਆ ਤੇ ਫਿਰ ਕਿਵੇਂ ਪ੍ਰੇਰਿਤ ਹੋਏ ਜੀ देखो मैं पहला ही ਤੁਹਾਨੂੰ ਦੱਸ ਕੇ ਚੁੱਕੀ ਆ ਕਿ ਮੈਂ ਆਈ ਵਾਸ ਯੂ نو ਕੀ ਕਹਾ ਮੈਂ ਬੈਸਟ ਗੋਨਕੋਲੋਜਿਸਟ ਸੀ ਔਰ ਡਾਕਟਰੀ ਲਾਈਨ ਵਿੱਚ ਵੀ ਮੈਂ ਆਪਣੇ ਪੂਰੇ ਪੀਕ ਤੇ ਪਹੁੰਚੀ ਔਰ ਇਸ ਤੋਂ ਬਾਅਦ ਕਿਉਂਕਿ ਮੈਰੀ ਮੈਰਿਸ ਹੋਈ ਪੋਲਿਟਿਕਲ ਫੈਮਿਲੀ ਦੇ ਵਿੱਚ ਜਿਹੜੇ ਮੇਰੇ ਫਾਦਰ ਦਾ ਸੀ ਉਹ ਵੀ ਮਨਿਸਟਰ ਸੀ ਹੈਲਥ ਮਨਿਸਟਰ ਸੀ ਔਰ ਉਹ ਵੀ ਕੈਲੀ ਜੇ ਕਿ ਉਹਨਾਂ ਉਹ ਫਰੀडम फाइਟਰ ਸੀ ਸਾਡੀ ਫੈਮਿਲੀ ਦੇ ਵਿੱਚ ਜਿਹੜਾ ਰਿਲੇਸ਼ਨ ਸੀ ਥਾਪੜ ਫੈਮਿਲੀ ਦਾ ਤੁਸੀਂ ਜਾਣਦੇ ਹੋ ਸੁਖਦੇਵ ਥਾਪੜ ਜੀ ਹਨ ਉਹਨਾਂ ਦੇ ਡਾਕਟਰ ਸ਼ਾਮਲਾਲ ਥਾਪੜ ਤੇ ਸੁਖਦੇਵ ਥਾਪੜ ਦੇ ਆਰ ਫਰਸਟ ਕਜ਼ਨ ਬਲਕਿ ਇਹਨਾਂ ਦਾ ਨਾਮਕਰਨ ਵੀ ਇਕੱਠਾ ਹੀ ਹੋਇਆ ਸੀ ਤਾਂ ਉਹ ਜਿਹੜੀ ਲਾਈਨ ਸੀ ਨਾ ਪੋਲਿਟਿਕਲ ਲਾਈਨ ਜਿਹੜੀ ਸੀਗੀ ਫ੍ਰੀडम फाइਟਰ ਦੀ ਲਾਈਨ ਸੀ ਉਹ ਉਹ ਉਹਨੇ ਹੀ ਅੱਗੇ ਵਧ ਕੇ ਮੇਰੇ ਵਿੱਚ ਵੀ ਪੂਰਾ ਮੇਰੇ ਫਾਦਰ ਨੂੰ ਲਾਣੇ ਜੋਸ਼ ਭਰਿਆ ਮੇਰੀ ਮਦਰ-ਇਨ-ਲॉ ਨੇ ਪੂਰਾ ਕੀਤਾ ਔਰ ਮੈਨੂੰ ਇਕਦਮ ਹੀ ਜਦੋਂ ਕਹਿ ਲਵੋ ਕਿ ਮੋਗੇ ਦੇ ਵਿੱਚ ਮੁਸ਼ਕਿਲ ਆਈ ਸਾਡੇ ਜਦੋਂ ਬਲੂ ਸਟਾਰ ਸੀ ਮੈਨੂੰ ਯਾਦ ਹੈ ਕਿ ਉਦੋਂ ਜਦੋਂ ਸਾਡੇ ਡਾਕਟਰ ਸਾਰੇ ਸ਼ਿਫਟ ਕਰ ਰਹੇ ਸੀਗੇ ਤਾਂ ਮੈਂ ਇੱਕ ਟੈਰਿਸਟ ਨੂੰ ਪਕੜਿਆ ਸੀ ਜੀ ਉਸ ਵਕਤ ਟੈਰਿਸਟ ਨੂੰ ਪਕੜਿਆ ਔਰ ਮੋਗਾ ਦੇ ਲੋਕਾਂ ਦੇ ਮੈਂ ਜਿਹੜੇ ਵੀ ਡਾਕਟਰ ਇਥੋਂ ਸ਼ਿਫਟ ਕਰਨਾ ਚਾਹੁੰਦੇ ਸੀ ਜਾਂ ਲੋਕ ਸ਼ਿਫਟ ਕਰਦੇ ਸੀ ਜਾਂ ਕਿਸੇ ਤੇ ਵੀ ਕੋਈ ਮੁਸ਼ਕਿਲ ਆਂਦੀ ਸੀ ਇਵਨ ਸਾਡੇ ਜਿਹੜੇ ਫੌਸ ਕਜ਼ਨ ਸੀ ਉਹਨਾਂ ਨੂੰ ਵੀ ਸਾਡੇ ਕਰਕੇ ਉਹ ਕਿਡਨੈਪ ਕਰਕੇ ਲੈ ਗਏ ਤਾਂ ਉਸ ਤੋਂ ਜਿਹੜੀ ਸਾਡੀ ਸੋਸ਼ਲ ਪਾਬਨਾ ਸੀ ਜਾਂ ਮੇਰੀ ਪੋਲੀਟੀਕਲ ਫੀਲਡ ਦੇ ਵਿੱਚ ਆਨ ਦੀ ਭਾਵਨਾ ਸੀ ਮੈਨੂੰ ਉਹ ਅੱਗੇ ਆਈ ਔਰ ਪਰਿਵਾਰ ਨਹੀਂ ਮੈਨੂੰ ਅੱਗੇ ਕੀਤਾ ਜੀ ਡਾਕਟਰ ਤੁਸੀਂ ਸਿਹਤ ਮੰਤਰੀ ਬਣੇ ਉਸ ਟਾਈਮ ਦੇ ਉੱਤੇ ਪੰਜਾਬ ਦੇ ਸਾਰੇ ਉੱਪਰ ਗਰਦਸ਼ਤੇ ਵਿੱਚ ਸੀਗੀ ਅਤਵਾਦ ਦਾ ਬਹੁਤ ਜ਼ੋਰ ਸੀ ਇੱਕ ਤੁਸੀਂ ਮੰਤਰੀ ਇੱਕ ਹਿੰਦੂ ਕਮਿਊਨਿਟੀ ਜਿਵੇਂ ਸਫਰ ਸੀ ਦੇਖੋ ਮੈਂ ਕਹਿ ਰਹੀ ਹਾਂ ਕਿ ਬਹੁਤ ਹੀ ਇੱਕ ਸਫਰ ਸੀ ਜੋਖਮ ਭਰਿਆ ਸਫਰ ਸੀ ਪਰ ਜਦੋਂ ਮੈਂ ਮੰਤਰੀ ਬਣੀ ਔਰ ਉਸ ਤੋਂ ਬਾਅਦ ਮੈਨੂੰ ਇਹ ਡਿਪਾਰਟਮੈਂਟ ਵੀ ਮਿਲਿਆ ਤਾਂ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਲੋਕਾਂ ਨੇ ਮੇਰੀ ਬਹੁਤ ਮਦਦ ਕੀਤੀ ਜੀ ਲੋਕਾਂ ਨੇ ਮਦਦ ਕੀਤੀ ਸਰਾਰ ਬਿਆਨ ਸਿੰਘ ਜੀ ਨੇ ਪੂਰੀ ਮਦਦ ਕੀਤੀ ਬਲਕਿ ਮੈਂ ਤਾਂ ਆਪਣੇ ਪੰਜਾਬ ਦੇ ਲਈ ਜਿਹੜੀ ਹੈਲਥ ਕਾਰਪੋਰੇਸ਼ਨ ਵੀ ਸੀਗੀ ਉਹ ਮੈਂ ਹੀ ਅਮਰੀਕਾ ਜਾ ਕੇ ਉੱਥੇ ਸਾਈਨ ਕਰਕੇ ਲੈ ਕੇ ਆਈ ਸੀਗੀ ਔਰ ਇਸ ਵਿੱਚ ਮੈਂ ਸੋਚਦੀ ਆ ਕਿ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਸੀ ਮੇਰੇ ਨਾਲ ਪੰਜਾਬ ਦੇ ਵਿੱਚ ਅੱਤਵਾਦ ਦੇ ਗਰਦ ਸtare ਗਰਦਸ਼ ਇੱਕ ਮਹਿਲਾ ਹੋ ਕੇ ਵੀ ਤੁਸੀਂ ਬਹੁਤ ਵੱਡਾ ਜਿਨਾ ਕਿ ਪਹਿਲੇ ਕੁਰਸੀ ਸੰਭੀ ਮਿਨਿਸਟਰੀ ਦੀ ਉਸ ਤੋਂ ਬਾਅਦ ਸੰਘਰਸ਼ ਕੀਤਾ ਤੁਹਾਡੇ ਕਿਤਾਬਾਂ ਵੀ ਕਈ ਲਿਖੀਆਂ ਗਈਆਂ ਕਈ ਤੁਹਾਨੂੰ ਵਾਰਡ ਵੀ ਮਿਲੇ ਕਿਹੜੇ ਕਿਹੜੇ ਵਾਰਡ ਸੀ ਉਸ ਟਾਈਮ ਤੇ ਮਿਲੇ ਦੇਖੋ ਇਹ ਮੈਂ ਰੀਲੀ ਥੈਂਕਫੁਲ ਆ ਆਪਣੇ ਲੋਕਾਂ ਦੀ ਆਪਣੇ ਕੈਲੋ ਜਿਨ੍ਹਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਔਰ ਜਿਨ੍ਹਾਂ ਨੇ ਮੈਨੂੰ ਇੰਨਾ ਸਹਿਯੋਗ ਤੇ ਪਿਆਰ ਦਿੱਤਾ ਅਵਾੜ ਨਹੀਂ ਗੱਲ ਤਾਂ ਮੈਂ ਜਿਆਦਾ ਕੀ ਕਰਾਂ ਮੈਨੂੰ ਹੁਣ ਕਈ ਯਾਦ ਵੀ ਨਹੀਂ ਪਰ ਮਹਿਲਾ ਗੌਰਵ ਪੁਰਸਕਾਰ ਮਿਲਿਆ ਫਿਰ ਕੈਲੋ ਮੈਨੂੰ ਬਹਾਦਰੀ ਦਾ ਪੁਰਸਕਾਰ ਮਿਲਿਆ ਜਦੋਂ ਮੈਂ ਉਹਨਾਂ ਨੂੰ ਫੜਿਆ ਸੀਗਾ ਔਰ ਉਸ ਤੋਂ ਬਾਅਦ ਮੈਨੂੰ ਸੋਸ਼ਲ ਰਿਵਾਰਡਸ ਬਹੁਤ ਹੀ ਮਿਲੇ ਔਰ ਆਈ ਵਾਸ ਯੂ نو ਬੈਸਟ ਐਂਟਰਪ੍ਰੈਨਰਰ ਸਾਡੀ ਇੱਥੇ ਮੈਂ ਇੰਡਸਟਰੀ ਦੇ ਵਿੱਚ ਵੀ ਇਹ ਹੋਇਆ ਮੈਨੂੰ ਪੁਰਸਕਾਰ ਮਿਲਿਆ ਇਸ ਤੋਂ ਬਾਅਦ ਕੀ ਦੱਸਾਂ ਕਿ ਮੈਂ ਆਪਣੇ ਮੈਡੀਕਲ ਫੀਲਡ ਵਿੱਚ ਵੀ ਮੈਂ ਮੈਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਇੱਕ ਫੈਮਿਲੀ ਟਰੈਡੀਸ਼ਨ ਨੂੰ ਜਿਵੇਂ ਅੱਗੇ ਲੈ ਕੇ ਗਈਆਂ ਮੇਰੇ ਫਾਦਰ ਇਨ ਲਾ ਵੀ ਉਹ ਵੀ ਐਜੂਕੇਸ਼ਨ ਹੈਲਥ ਮਿਨਿਸਟਰ ਬਣੇ ਮੈਂ ਵੀ ਐਜੂਕੇਸ਼ਨ ਮਿਨਿਸਟਰ ਬਣੀ ਮੇਰੇ ਫਾਦਰ ਇਨ ਲਾ ਵੀ ਆਈਐਮਏ ਦੇ ਪ੍ਰੈਜ਼ੀਡੈਂਟ ਬਣੇ ਸੈਂਟਰਲ ਵਾਈਸ ਪ੍ਰੈਜ਼ੀਡੈਂਟ ਤੱਕ ਵੀ ਬਣੇ ਉਹਨਾਂ ਨੇ ਮੈਂ ਮੈਡੀਕਲ ਕੌਂਸਲ ਆਫ ਇੰਡੀਆ ਦੀ ਵੀ ਮੈਂਬਰ ਬਣੀ ਸੈਂਟਰਲ ਕੌਂਸਲ ਆਫ ਇੰਡੀਆ ਦੀ ਵੀ ਮੈਡੀਕਲ ਮਤਲਬ ਬਣੀ ਸੋ ਮੈਨੂੰ ਤਾਂ ਲੋਕਾਂ ਨੇ ਇੰਨਾ ਪਿਆਰ ਦਿੱਤਾ ਜੀ ਕਿ ਜਿੰਨਾਂ ਨੂੰ ਮੈਂ ਕੁਝ ਵੀ ਬਿਆਨ ਨਹੀਂ ਕਰ ਸਕਦੀ ਸ਼ਬਦਾਂ ਚ ਤੁਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਚਾਹੇ ਸਰਕਾਰਾਂ ਵੱਲੋਂ 50% ਰੈਕਸ਼ਨ ਔਰਤਾਂ ਨੂੰ ਮਿਲ ਚੁੱਕਿਆ ਹੈ ਪਰ ਅੱਜ ਵੀ ਕਿਤਨੇ ਕਿ ਜੋ ਬੇਟੀ ਘਰ ਹੁੰਦੀ ਕਹਿੰਦੇ ਸ਼ਾਇਦ ਜੇ ਬੇਟਾ ਹੁੰਦਾ ਚਾਹੇ ਪਹ ਲੋੜੀਓ ਵੀ ਮਨਾ ਰਹੇ ਇੱਕ ਵਾਰ ਜਰੂਰ ਕਹਿੰਦੇ ਆ ਮੈਂ ਇਸ ਬਾਰੇ ਤੁਹਾਨੂੰ ਕੁਝ ਇੱਕ ਇਨਸੀਡੈਂਟ ਦੱਸਣਾ ਚਾਹਨੀ ਹੈ ਮੈਨੂੰ ਯਾਦ ਹੈ ਕਿ ਜਦੋਂ ਮੈਂ ਮਨਿਸਟਰ ਸੀ ਉਸ ਦਿਨ ਜਿਹੜਾ 8 ਮਾਰਚ ਦਾ ਦਿਨ ਆਇਆ ਨਾ ਤਾਂ ਮੈਨੂੰ ਬੜੀ ਇਹ ਮੈਂ ਪ੍ਰਾਊਡ ਨਾਲ ਤੁਹਾਨੂੰ ਦੱਸਣਾ ਚਾਹਨੀ ਹੈ ਕਿ ਸਰਦਾਰ ਬਿਆਨ ਸਿੰਘ ਜਿਹਨੇ ਉਸ ਨੇ ਮੈਨੂੰ ਸਪੀਕਰ ਵਾਲੀ ਚੇਅਰ ਦੇ ਉੱਪਰ ਬਿਠਾ ਕੇ ਸਾਡਾ ਮਾਨ ਕੀਤਾ ਕਿ ਅੱਜ 8 ਮਾਰਚਾ ਅੱਜ ਮਹਿਲਾਵਾਂ ਦਾ ਦਿਵਸ ਹੈ ਔਰ ਮੈਂ ਇਹ ਵੀ ਤੁਹਾਨੂੰ ਗੱਲ ਕਹਿਣਾ ਚਾਹਨੀ ਆ ਕਿ ਬੇਸ਼ੱਕ ਇਹ ਗੱਲ ਅਸੀਂ ਮਹਿਸੂਸ ਕਰਦੇ ਹਾਂ ਕਿ ਲੜਕਾ ਹੋਣਾ ਜ਼ਰੂਰੀ ਹੈ ਪਰ ਮੈਂ ਅੱਜ ਇਹ ਜਾਣਦੀ ਹਾਂ ਕਿ ਅੱਜ ਜਿਹੜੀ ਸਾਡਾ ਜਿਹੜਾ ਹਿੰਦੁਸਤਾਨ ਹੈ ਇਹ ਬਹੁਤ ਅੱਗੇ ਵੱਧ ਗਿਆ ਹੈ ਬਹੁਤ ਰਿਸਪੈਕਟ ਮਿਲਨੀ ਸ਼ੁਰੂ ਹੋ ਗਈ ਹੈ ਔਰਤਾਂ ਨੂੰ ਔਰ ਬਲਕਿ ਮੈਂ ਤਾਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੀ ਕਿ ਆ ਦੇਖੋ ਤੁਸੀਂ ਹੋਰ ਗੱਲ ਛੱਡੋ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਅੱਜ ਫੇਰ ਜਿਵੇਂ ਨਾ ਮਾਈ ਭਾਗੋ ਮਾਤਾ ਜ਼ਿੰਦਾ ਤੇ ਮਾਤਾ ਗੁਜਰੀ ਅੱਜ ਫੇਰ ਮੈਂ ਕਹਿੰਨੀ ਐ ਜ਼ਿੰਦਾ ਹੋ ਗਈਆਂ ਆ ਕਿਸਾਨ ਇੰਦੌਲਨ ਚ ਆਪਾਂ ਦੇਖ ਲਈਏ ਕਿਸਾਨ ਅਦੋਲਨ ਵਿੱਚ ਵੀ ਦੇਖੋ ਜਿੱਥੇ ਮਾਈ ਭਾਗੋ ਤੇ ਮਹਾਰਾਣੀ ਜਿੰਦਾ ਦੀ ਤਰ੍ਹਾਂ ਲੋਕ ਉਹਦਾਂ ਦੇ ਘਰ ਵੀ ਸੰਭਾਲ ਲਿਆ ਤੇ ਉੱਥੇ ਜਾ ਕੇ ਮੈਦਾਨ ਵੀ ਸੰਭਾਲ ਲਿਆ ਅੱਜ ਵੀ ਦੇਖੋ ਸਾਡੀਆਂ ਔਰਤਾਂ ਨੇ ਕਿਵੇਂ ਕੀਤਾ ਐ ਦੇਖੋ ਉੱਥੇ ਜਾ ਕੇ ਧਰਨੇ ਵਿੱਚ ਵੀ ਜਾ ਕੇ ਬਰਾਬਰ ਬਲਕਿ ਜ਼ਿਆਦਾ ਤعداد ਦੇ ਵਿੱਚ ਉੱਥੇ ਪਹੁੰਚੀਆਂ ਉਹ ਧਰਨਿਆਂ ਦੇ ਕਿਸਾਨ ਦੀਆਂ ਮੰਗਾ ਨੂੰ ਲੈ ਕੇ ਔਰ ਘਰ ਵੀ ਦੇਖੋ ਉਹਨਾਂ ਨੇ ਸੰਭਾਲ ਲਿਆ ਔਰ ਸਭ ਤੋਂ ਵੱਡੀ ਗੱਲ ਆਈ ਫੀਲ ਡੀਲੀ ਪ੍ਰਾਊਡ ਆਫ ਯੂ نو आवर 3 ਜੋ ਲੜਕੀਆਂ ਹੁਣੇ ਸਾਡੀਆਂ ਜਿਹੜੀਆਂ ਮਤਲਬ ਕਿ ਨਿਕਲੀਆਂ ਐ ਇਸ ਮੈਦਾਨ ਦੇ ਵਿੱਚੋਂ ਸੰਘਰਸ਼ ਦੇ ਵਿੱਚੋਂ ਗਰੇਟਾ ਥੰਬਗ ਜਿਹੜੀ ਸਵੀਡਨ ਦੀ ਜੰਮੀ ਹੋਈ ਐ ਔਰ ਦਖਣੀਪੜ ਦੀ ਜੰਮੀ ਹੋਈ ਦੀਸ਼ਾ ਰਵੀ ਔਰ ਮੁਕਸਰ ਦੀ ਜੰਪਲ ਤੁਸੀਂ ਦੇਖੋ ਨਵਦੀਪ ਕੌਰ ਨੇ ਮੋਦੀ ਸਰਕਾਰ ਨੂੰ ਲੂਨਾ ਦੇ ਕਿਹ ਚ ਜੋੜ ਕੇ ਰੱਖ ਦਿੱਤਾ ਹੈ ਤਾਂ ਮੈਂ ਸੋਚਦੀ ਹਾਂ ਇਹ ਸਾਡੇ ਔਰਤਾਂ ਦੇ ਲਈ ਬਹੁਤ ਹੀ ਇੱਕ ਪ੍ਰਾਊਡ ਵਾਲੀ ਗੱਲ ਹੈ ਔਰ ਮੈਂ ਇੱਕੋ ਹੀ ਮੈਸੇਜ ਜ਼ਰੂਰ ਅੱਜ 8 ਮਾਰਚ ਵਾਲੇ ਦਿਨ ਵੀ ਮੈਂ ਜ਼ਰੂਰ ਦੇਣਾ ਚਾਹਾਂਗੀ ਕਿ ਔਰਤਾਂ ਕਿਸੇ ਵੀ ਜਗਾ ਤੇ ਪਹੁੰਚ ਸਕਦੀਆਂ ਉਹਨਾਂ ਦੇ ਵਿੱਚ ਸਿਨਸੈਰਿਟੀ ਹੁੰਦੀ ਹੈ ਇੱਕ ਦ੍ਰਿੜ ਵਿਸ਼ਵਾਸ ਹੁੰਦਾ ਹੈ ਔਰ ਇੱਕ ਕਹ ਲੋ ਵੀ ਇਹ ਹੁੰਦਾ ਹੈ ਕਿ ਨਥਿੰਗ ਇਜ਼ ਇੰਪੋਸੀਬਲ ਨਥਿੰਗ ਇਜ਼ ਇੰਪੋਸੀਬਲ ਅਗਰ ਉਹ ਕਰਨਾ ਚਾਹਣ ਤਾਂ ਹਰ ਇੱਕ ਆਪਣੇ ਮੁਕਾਮ ਨੂੰ ਹਾਸਲ ਕਰ ਸਕਦੀਆਂ ਕੋਈ ਉਹਨਾਂ ਤੇ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲਗਾ ਸਕਦਾ ਕੋਈ ਉਹਨਾਂ ਨੂੰ ਕੰਮ ਨੂੰ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ ਧੰਨਵਾਦ ਇਸਮ ਡਾਕਟਰ ਮਾਲਤੀ <th>ਾਪੜ ਦੇ ਸਾਫ ਕਾ ਸਿਹਤ ਮੰਤਰੀ ਰਹਿ ਚੁਕੇ ਪੰਜਾਬ ਮੋਗੇ ਦੇ ਰਹਿਣ ਵਾਲੇ ਸੀ ਕੈਮਰਾਮੈਨ ਬੱਬੂ ਵਰਮਾ ਦੇ ਨਾਲ ਗੁਰਦੇਵ ਪੰਪ ਅਜੀਤ ਵੈਬ ਟੀਵੀ ਮੋਗਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ